ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਘਰੇ ਤਗੜੇ ਹੋਵੋਗੇ। ਅਤੇ ਬੱਚਾ, ਅੱਜ ਮੈਂ ਅਤੇ ਮਹਿੰਦਰ ਸਰ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨ ਆਇਆ। ਜਿਵੇਂ ਤੁਸੀਂ ਜਾਣਦੇ ਹੋ, ਕੱਲ੍ਹ ਕਿ ਸੰਡੇ ਹੈਗਾ ਅਤੇ ਆਪਣੇ ਬਹੁਤ ਸਾਰੇ ਬੱਚਿਆਂ ਦਾ ਪੰਜਾਬ ਹਰਿਆਣਾ ਹਾਈਕੋਰਟ ਕਲਰਕ ਦਾ ਐਗਜ਼ਾਮ ਕਲੀਅਰ ਹੋਇਆ ਅਤੇ ਹੁਣ ਉਹਨਾਂ ਨੂੰ ਆਪਣੀ ਲੋੜ ਹੈ ਸੈਕਿੰਡ ਫੇਜ਼ ਦੇ ਵਿਚਕਾਰ ਸਪਰੈਡਸ਼ੀਟ ਤੋਂ ਜੋ ਕੁਸ਼ਚਨਸ ਆਉਣੇ ਕੰਪਿਊਟਰ ਦੇ ਉਹਨਾਂ ਲਈ ਪ੍ਰੀਪੇਅਰ ਕਰ ਲਏ। ਤਾਂ ਕੱਲ੍ਹ ਜੋ ਹੈ ਬੱਚਾ ਸਾਰਿਆਂ ਦੇ ਲਈ, ਜੋ ਵੀ PSSSB ਦਾ ਐਗਜ਼ਾਮ ਦੇਣਾ ਜਿਨ੍ਹਾਂ ਨੇ, ਉਹਨਾਂ ਨੂੰ ਪਤਾ ਕਿ ਐਕਸਲ ਦੇ ਕੁਸ਼ਚਨਸ ਬਣਦੇ ਬਣਦੇ ਹੈ। ਤਾਂ ਕੱਲ੍ਹ ਸਪੈਸ਼ਲੀ ਬੇਟਾ ਮੈਂ ਆਪਣੇ ਕੰਪਿਊਟਰ ਦੇ ਸਪਰੈਡਸ਼ੀਟ ਤੋਂ ਕੁਸ਼ਚਨਸ ਤੁਹਾਨੂੰ ਲੈ ਕੇ ਆ ਰਿਹਾ ਅਤੇ ਸਾਰੇ ਬੱਚਿਆਂ ਨੇ ਜੁੜਨਾ ਨਹੀਂ ਭੁੱਲਣਾ। ਦੁਪਹਿਰੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣਾ ਵਿਹਲੇ ਰਹਿਣਾ, ਕੋਈ ਕੰਮ ਕਾਰ ਵਿੱਚ ਨਾ ਰੱਖਿਓ, ਕਿਉਂਕਿ ਸਾਰੇ ਕੁਸ਼ਚਨ ਤੁਹਾਨੂੰ ਇੱਕ ਵਾਰੀ 'ਚ ਕਰਾ ਦੂੰਗਾ, ਐਕਸਲ ਦੇ ਪੂਰਾ ਨਿਪਟਾ ਕਰਾ ਦੂੰਗਾ। ਅਤੇ ਮਹਿੰਦਰ ਸਰ, ਤੁਹਾਡੀ ਮੈਰਾਥਨ ਕਿੰਨੇ ਵਜੇ? ਮੇਰੀ ਮੈਰਾਥਨ ਹੈ ਸਰ PSSSB ਕੋਪਰੇਟਿਵ ਬੈਂਕ ਕਲਰਕ ਨੂੰ ਲੈ ਕੇ, ਅਤੇ ਉਹ ਹੈ ਜੀ ਸਵੇਰੇ 9:30 ਵਜੇ। ਤਾਂ ਤੁਸੀਂ ਜੁੜਨਾ ਹੈ ਪੰਜਾਬ ਅੱਡਾ 24/7 ਦੇ ਯੂਟਿਊਬ ਚੈਨਲ 'ਤੇ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।